ਅਸੀਂ ਨਹੀਂ ਚਾਹੁੰਦੇ ਮਾਹੌਲ ਖਰਾਬ ਹੋਵੇ। ਬਿਲਕੁਲ ਸਹੀ ਗੱਲ। ਅਸੀਂ ਤੈਨੂੰ ਕਹਿ ਦਈਏ ਤੂੰ ਗੁਰਦਾਸ ਮਾਨ ਦਾ ਪੁੱਤ ਆ, ਹਾਂ ਜਾਂ ਨਾ? ਚਲ ਦੇਖੋ, ਮੈਂ ਤਾਂ ਦੇਖੋ ਅਸੀਂ ਕਹਿ ਦੋ, ਚਲੋ ਠੀਕ ਹੈ, ਮੈਂ ਮੰਨ ਲੈਂਦਾ। ਮੰਨ ਲੈਂਗਾ? ਹਾਂਜੀ। ਅੱਛਾ, ਤੇਰੇ ਡੈਡੀ ਦਾ ਨਾਂ ਕੀ ਹੈ? ਮੇਰਾ ਪ੍ਰਦੁਮਨ ਕੁਮਾਰ ਜੀ। ਗੁਰਦਾਸ ਮਾਨ ਤੇਰਾ ਪਿਓ ਕਿੱਦਾਂ ਹੋ ਜਾਊਗਾ? ਤੂੰ ਕਿੱਦਾਂ ਉਹਨੂੰ ਕਹਿ ਦੇਂਗਾ ਦਸਮ ਪਾਤਸ਼ਾਹ ਦਾ ਪੁੱਤ ਆ? ਕਿਉਂਕਿ ਦਸਮ ਪੁੱਤ ਕਿਹੜਾ ਹੁੰਦਾ ਜਿਹਦੀ ਸ਼ਕਲ ਪਿਓ ਨਾ ਮਿਲੇ? ਜਿਹਦੀ ਪਿਓ ਨਾਲ ਸ਼ਕਲ ਨਾ ਮਿਲੇ ਉਹਨੂੰ ਪੰਜਾਬੀ 'ਚ ਕੁਛ ਹੋਰ ਕਹਿੰਦੇ ਨੇ। ਇੱਕ ਨਸ਼ੇੜੀ ਬੰਦਾ, ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ, ਜਿਹੜੀ ਸਾਡੇ ਧਰਮ ਦੇ ਵਿੱਚ ਵਜਰ ਕਰਾਹਤ ਮੰਨੀ ਗਈ ਆ, ਉਹਦਾ ਸੇਵਨ ਕਰਦਾ, ਜਿਹੜਾ ਪ੍ਰਸ਼ਾਦ ਬੀੜੀਆਂ ਦਾ ਬਣਦਾ ਤੰਬਾਕੂ, ਮੈਂ ਤਾਂ ਸਾਡੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਸੁਣ ਤਾਂ ਲੈ, ਸੁਣ ਸ਼ਕਤੀ ਤਾਂ ਰੱਖ, ਮੁੱਕਦੀ ਗੱਲ ਨਹੀਂ ਬਣਦਾ, ਤੇਰੀ ਗੱਲ ਮੰਨ ਲਈ, ਪਰ ਉਹ ਬੀੜੀਆਂ ਪੀਂਦਾ ਸੀ, ਤੰਬਾਕੂ ਖਾਂਦਾ ਸੀ, ਸੁਲਫਾ ਪੀਂਦਾ ਸੀ, ਪਤਾ ਤਾਂ ਬੰਦਾ ਸੀ। ਮੈਂ ਇਹ ਕਹਿਣਾ ਚਾਹੁੰਦਾ ਸਰ ਕਿ ਇੱਕ ਤਰਫਾ ਗੱਲ ਨਹੀਂ ਹੋਣੀ ਚਾਹੀਦੀ, ਮੇਰੇ ਹਿਸਾਬ ਨਾਲ ਹਰ ਪੱਖ ਨਾਲ ਆਪਾਂ ਨੂੰ ਦੇਖਣਾ ਚਾਹੀਦਾ ਅਤੇ ਸੋਚਣਾ ਚਾਹੀਦਾ ਸਰ। ਅਤੇ ਮੈਂ ਜੇ ਇਸ ਵਿਵਾਦ ਨੂੰ ਜੇ ਮੈਂ ਇੱਕ ਡਿਟੇਲ ਤੋਂ ਦੱਸਾਂ, ਜੇ ਆਪਾਂ ਸਟਾਰਟਿੰਗ ਤੋਂ ਆਪਣੀ ਗੱਲ ਹੋ ਰਹੀ ਸੀਗੀ ਕਿ ਆਪਾਂ ਸੋਚ ਰਹੇ ਸੀਗੇ ਕਿ ਆਪਾਂ ਨੇ ਗੁਰੂਆਂ ਦੀ ਜਿਹੜੀ ਹੈਗੀ ਉਹ ਤੁਲਨਾ ਕੀਤੀ ਗਈ ਹੈ, ਅਤੇ ਪਰ ਮੈਂ ਇੱਕ ਚੀਜ਼ ਨੂੰ ਸੋਚਣਾ ਇੱਕ ਕਹਿਣਾ ਚਾਹਾਂਗਾ ਆਪਣੇ ਸਾਰੇ ਆਪਣੇ ਵੱਡੇ ਵੀਰਾਂ ਨੂੰ ਕਿ ਦੇਖੋ, ਤੁਲਨਾ ਉਹ ਚੀਜ਼ ਹੁੰਦੀ ਹੈ ਕਿ ਜਿੱਥੇ ਆਪਾਂ ਕਿਸੇ ਨੂੰ ਇੱਕ ਬਰਾਬਰੀ ਨਾਲ ਆਪਾਂ ਦੇਖੀਏ। ਅਤੇ ਜੇ ਆਪਾਂ ਸਟਾਰਟਿੰਗ ਤੋਂ ਉਸ ਚੀਜ਼ ਨੂੰ ਸੋਚੀਏ ਤਾਂ ਉਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਲਾਡੀ ਸ਼ਾਹ ਜੀ ਨੇ, ਤੁਹਾਨੂੰ ਜਾਣਦੇ ਹੋ ਕੌਣ ਨੇ, ਇਹ ਕਹਿੰਦੇ ਇਹ ਅਮਰਦਾਸ ਜੀ ਦੇ ਬੱਚੇ ਹੈ, ਇਹ ਉਹਨਾਂ ਦੇ ਬੱਚੇ ਨੇ। ਅਤੇ ਜਿੱਥੇ ਉਹਨਾਂ ਨੇ ਗੁਰੂ ਸਾਹਿਬ ਨਾਲ ਤੁਲਨਾ ਕਿੱਦਾਂ ਕਰਦੇ ਨੇ, ਗੁਰੂ ਸਾਹਿਬ ਤੁਲਨਾ ਤਾਂ ਕਦੇ ਹੋ ਹੀ ਨਹੀਂ ਸਕਦੀ, ਜੇ ਵੰਸ ਆ ਜਿਹੜਾ ਵੰਸ ਆ ਜਿਹੜਾ ਕਹਿੰਦੇ ਉਹਨੂੰ ਨਹੀਂ ਕਹਿੰਦਾ ਜਾਂਦਾ। ਹਾਂ, ਕੋਈ ਨਹੀਂ, ਗੱਲ ਸੁਣ ਕੇ ਕੋਈ ਵੀ ਗੱਲ ਨਹੀਂ, ਨਹੀਂ ਗੱਲ ਸੁਣ ਕੇ ਉਸ ਵੀਰ ਨੇ ਆਪਣੇ ਵਿਚਾਰ ਦਿੱਤੇ ਆ, ਉਹਨਾਂ ਦੇ ਗੱਲ ਵਿਚਾਰ ਹਾਂ ਕੋਈ ਗੱਲ ਨਹੀਂ, ਤੁਸੀਂ ਵਿਚਾਰ ਸੁਣੋ, ਵਿਚਾਰ ਤੁਲਨਾ ਇੱਕ ਬੀੜੀਆਂ ਪੀਣ ਵਾਲੇ ਦੀ, ਇੱਕ ਚਿਲਮਾ ਪੀਣ ਵਾਲੇ ਦੀ ਕਿੱਦਾਂ ਤੁਸੀਂ ਤੁਲਨਾ ਗੁਰੂ ਸਾਹਿਬ ਨਾਲ ਕਰ ਸਕਦੇ? ਇਹ ਕਹਿਣਾ ਕਿ ਸਾਰੀ ਮਖਲੂਕ ਹੀ ਉਹਨਾਂ ਦੇ ਬੱਚੇ ਆ, ਕਿ ਤੁਸੀਂ ਉਹਨਾਂ ਦੇ ਕਿਹਨਾਂ ਦੇ ਮੰਨਦੇ ਆ? ਗੁਰੂਆਂ ਦੇ ਸਾਰੇ ਜਿਹੜੇ ਵੀ ਆਪਣੇ ਗੁਰੂ ਨੇ, ਚਾਹੇ ਗੋਪਾਲ, ਹਾਂਜੀ ਇੱਕ ਸਰ ਉਹਨਾਂ ਨੇ, ਮੇਰੀ ਗੱਲ ਸੁਣੋ, ਹਾਂਜੀ ਪਰਮਾਤਮਾ ਦੇ ਬੱਚੇ, ਬਿਲਕੁਲ ਠੀਕ ਹੈ। ਇੱਕ ਕਹਿ ਦੇਣਾ ਵੀ ਆਹ ਜਿਹੜਾ ਇਹ ਫਲਾਣੇ ਰਾਜੇ ਦੀ ਔਲਾਦ ਆ, ਉਹਦੇ ਅੰਸ਼ ਨਹੀਂ, ਅੰਸ਼ ਬੰਸ਼ ਨਹੀਂ ਸਰ, ਦਾ ਮਤਲਬ ਕੀ ਹੁੰਦਾ? ਅੰਸ਼ ਬੰਸ਼ ਦਾ ਮਤਲਬ ਨਹੀਂ, ਮੈਂ ਇਹ ਕਹਿਣਾ ਚਾਹ ਰਿਹਾ ਕਿ ਆਪਾਂ ਜਿੰਨੇ ਉਰੇ ਲੋਕ ਖੜੇ ਆ, ਇਹ ਜਿੰਨੀ ਦੇਖੋ ਤੁਹਾਨੂੰ ਮਖਲੂਕ ਸਰ ਇਹ ਜਿੰਨੀ ਮਖਲੂਕ, ਤੁਹਾਡੇ ਦਾਦਾ ਜੀ ਦਾ ਨਾਮ ਕੀ ਆ? ਤੁਹਾਡੇ ਦਾਦਾ ਜੀ ਨਾਮ ਕੀ? ਉਹਨਾਂ ਦਾ ਹੁਕਮ ਜਾਨ ਜੀ। ਤੁਹਾਡੇ ਪਿਤਾ ਜੀ ਦਾ ਨਾਮ? ਇਹ ਪ੍ਰਦੂਮਨ ਕੁਮਾਰ। ਤੁਸੀਂ ਉਹਨਾਂ ਦੇ ਅੰਸ਼ ਵੰਸ਼ ਜੇ ਨਾ? ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਆਪਣੇ ਸਰਕਾਰ ਨਾਲ ਬੁਲਾਉਂਦਾ, ਇਹਨਾਂ ਮਤਲਬ ਨਹੀਂ, ਮੈਂ ਉਹਨਾਂ ਦੇ ਅੰਸ਼ ਵੰਸ਼ ਆ, ਬੱਚਾ ਮੈਂ ਜ਼ਰੂਰ ਪਿਆ, ਮੈਂ ਵੀ ਉਹਨਾਂ ਦਾ ਬਜ਼ੁਰਗ ਆ, ਤਾਂ ਬੱਚਾ ਮੈਂ ਕੁਮਾਰ ਮੇਰੇ ਬਾਈ ਜੀ। ਆਪਾਂ ਇਹ ਨਹੀਂ ਸਾਰੇ ਕਹਿੰਦੇ ਕਿ ਆਪਾਂ ਸਾਰੇ ਉਹਨਾਂ ਦਾਤੇ ਦੇ ਬੱਚੇ ਆ, ਆਪਾਂ ਸਾਰੇ ਕਹਿੰਦੇ ਆ, ਆਪਾਂ ਸਾਰੇ ਬੱਚੇ ਆ। ਦਾਤਾ ਤੇ ਉਹ ਆ ਨਾ ਜਿਹਦਾ ਦਾਤਾ ਦਿੰਨੇ ਆ, ਉਹਦੀ ਅੰਸ਼ ਵੰਸ਼ ਤੇ ਇੱਕ ਅਕਾਲ ਪੁਰਖ ਨੂੰ ਕਹਿੰਦੇ ਆ। ਮੇਰੀ ਗੱਲ ਸੁਣੋ, ਆਪਾਂ ਸਾਰੇ ਦਾਦਾ ਜੀ ਦਾ ਕੀ ਨਾਮ ਦੱਸਿਆ? ਹੁਕਮਚੰਦ ਜੀ। ਇੱਥੇ ਕੋਈ ਬੰਦਾ ਖਲੋਤਾ ਜਿਹਨੇ ਕਿਸੇ ਬੱਚੀ ਦਾ ਬਲਾਤਕਾਰ ਕੀਤਾ ਹੈ, ਜਿਹੜਾ ਕੋਈ ਨਸ਼ੇੜੀ ਹੈ, ਜਿਹੜਾ 24 ਘੰਟੇ ਨਸ਼ੇ 'ਚ ਧੁੱਤ ਰਹਿੰਦਾ, ਕੋਈ ਕਹੇ ਕਿ ਇਹ ਹੁਕਮਚੰਦ ਦੀ ਅੰਸ਼ ਬੰਸ ਆ? ਤੁਸੀਂ ਮੇਰੇ ਇੱਕ ਗੱਲ ਦੇਖੋ, ਇੱਕ ਚਲੋ ਮੈਂ ਇੱਕ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਕਿ ਆਪਾਂ ਕਿਤੇ ਨਾ ਕਿਤੇ ਵਿਚਾਰ ਕਰ ਰਹੇ ਹਾਂ, ਮੈਂ ਇਹ ਕਹਿਣਾ ਕਿ ਸਰ ਦੇਖੋ ਇੱਕ ਤਰਫਾ ਗੱਲ ਨਹੀਂ ਹੋਣੀ ਚਾਹੀਦੀ, ਕਿਤੇ 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 ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਆਪਣਾ, ਤੁਹਾਨੂੰ ਕਿੱਦਾਂ ਲੱਗਦਾ ਇੱਕ ਤਰਫਾ ਗੱਲ ਕਿੱਦਾਂ, ਤੁਸੀਂ ਕਿੱਦਾਂ ਕਹਿੰਦੇ ਇੱਕ ਤਰਫਾ ਗੱਲ ਕਹਿ ਰਹੇ ਹਾਂ? ਸਰ ਕੀ ਦੇਖੋ, ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਉਹਨਾਂ ਤੁਲਨਾ ਇਹ ਹੁੰਦੀ ਹੈ ਕਿ ਜਿੱਥੇ ਆਪਾਂ ਉਹਨਾਂ ਨੂੰ ਬਰਾਬਰ ਨਾਲ ਦੇਖੀਏ, ਉਹਨਾਂ ਨੇ ਬਰਾਬਰੀ ਨਹੀਂ ਕੀਤੀ ਉਹਨਾਂ ਨੇ। ਤੁਸੀਂ ਮੰਨਦੇ ਆ ਕਿ ਗੁਰਦਾਸ ਮਾਨ ਜੋ ਬੋਲ ਰਿਹਾ ਠੀਕ ਬੋਲ ਰਿਹਾ, ਤੁਸੀਂ ਮੰਨਦੇ ਆ? ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਠੀਕ, ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਇਹ ਕੀਤਾ ਕਿ ਤੁਹਾਨੂੰ ਲਾਡੀ ਸ਼ਾਹ ਜੀ ਪਤਾ ਕਿਉਂ ਨੇ, ਮੈਂ ਬੇਨਤੀ ਕਰ ਰਹੇ ਹੋ ਸਰ, ਹਾਂ ਜਾਂ ਨਾ? ਦੇਖੋ ਸਰ, ਮੈਂ ਇੱਕ ਡਿਫੈਂਡ ਕਰ ਰਹੇ ਹਾਂ, ਹਾਂ ਜਾਂ ਨਾ? ਦੇਖੋ ਮੈਂ ਨਿੱਜੀ ਇੱਕ ਪ੍ਰਤੀਕਿਰਿਆ ਦੇ ਰਿਹਾ, ਪ੍ਰਤੀਕਿਰਿਆ ਤੁਹਾਡੀ ਕੀ ਹੈ? ਡਿਫੈਂਡ ਕਰਦੇ ਹੋ? ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਇੱਕ, ਸਾਰੇ ਆਪਾਂ ਬੱਚੇ ਆ ਉਹਨਾਂ ਦੇ, ਤੁਸੀਂ ਵੀ ਬੱਚੇ ਹੋ ਸਰ, ਉਹ ਮੈਂ ਤੁਹਾਨੂੰ ਦੱਸਦਾ ਉਹ ਕਿੱਦਾਂ ਕਹਿੰਦੇ ਆ, ਉਹ ਇਦਾਂ ਕਹਿੰਦੇ ਆ ਵੀ ਇਹ ਦਸਮ ਪਾਤਸ਼ਾਹ ਦਾ ਪੁੱਤ ਆ, ਕਹਿ ਸਕਦੇ ਆ, ਪਤਾ ਕਿਉਂ? ਇਹ ਦਸਮ ਪਾਤਸ਼ਾਹ ਦਾ ਪੁੱਤ ਲੱਗਦਾ, ਇਹ ਦਸਮ ਪਾਤਸ਼ਾਹ ਦਾ ਪੁੱਤ ਲੱਗਦਾ, ਇੱਕ ਮਿੰਟ ਇਹ ਦਸਮ ਪਾਤਸ਼ਾਹ ਦਾ ਪੁੱਤ ਲੱਗਦਾ, ਕਿਉਂਕਿ ਦਸਮ ਪਾਤਸ਼ਾਹ ਦਾ ਹੁਕਮ ਕੀ ਸੀ? ਬਾਣੇ ਤੇ ਬਾਣੀ ਦਾ ਧਾਰ ਨਹੀਂ ਹੋਣਾ, ਹੈਗਾ ਇੱਕ ਨਸ਼ੇੜੀ ਬੰਦਾ, ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ, ਜਿਹੜੀ ਸਾਡੇ ਧਰਮ ਦੇ ਵਿੱਚ ਵਜਰ ਕਰਾਹਤ ਮੰਨੀ ਗਈ ਆ, ਉਹਦਾ ਸੇਵਨ ਕਰਦਾ, ਜਿਹੜਾ ਪ੍ਰਸ਼ਾਦ ਬੀੜੀਆਂ ਦਾ ਬਣਦਾ ਤੰਬਾਕੂ, ਮੈਂ ਤਾਂ ਸਾਡੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਸੁਣ ਤਾਂ ਲੈ, ਸੁਣ ਸ਼ਕਤੀ ਤਾਂ ਰੱਖ, ਮੁੱਕਦੀ ਗੱਲ ਨਹੀਂ ਬਣਦਾ, ਤੇਰੀ ਗੱਲ ਮੰਨ ਲਈ, ਪਰ ਉਹ ਬੀੜੀਆਂ ਪੀਂਦਾ ਸੀ, ਤੰਬਾਕੂ ਖਾਂਦਾ ਸੀ, ਸੁਲਫਾ ਪੀਂਦਾ ਸੀ, ਪਤਾ ਤਾਂ ਬੰਦਾ ਸੀ, ਦੇਹਧਾਰੀ ਬੰਦਾ, ਕਬਰ ਤੇ ਬੈਠਾ ਸੀ, ਕਬਰ ਦੇ ਉੱਤੇ ਬੈਠਾ ਸੀ ਨਾ, ਗੱਦੀ ਚੱਲੀ ਉਹਨਾਂ ਦੀ ਕਬਰ ਦੀ, ਤੂੰ ਕਿੱਦਾਂ ਉਹਨੂੰ ਕਹਿ ਦੇਂਗਾ ਉਹ ਦਸਮ ਪਾਤਸ਼ਾਹ ਦਾ ਪੁੱਤ ਆ? ਕਿਉਂਕਿ ਦਸਮ ਪੁੱਤ ਕਿਹੜਾ ਹੁੰਦਾ ਜਿਹਦੀ ਸ਼ਕਲ ਪਿਓ ਨਾ ਮਿਲੇ, ਜਿਹਦੀ ਪਿਓ ਨਾਲ ਸ਼ਕਲ ਨਾ ਮਿਲੇ ਉਹਨੂੰ ਪੰਜਾਬੀ 'ਚ ਕੁਛ ਹੋਰ ਕਹਿੰਦੇ ਨੇ? ਸਰ ਦੇਖੋ, ਮੈਂ ਤੁਹਾਨੂੰ ਉਹਨਾਂ ਦੀ ਇੱਕ ਗੱਲ ਸੁਣਾਉਣਾ, ਅਸੀਂ ਨਹੀਂ ਸੁਣਨੀ ਆ, ਤੂੰ ਸਾਨੀ ਮੇਰੀ ਗੱਲ ਦਾ ਜਵਾਬ, ਜਿਹੜੀ ਮੈਂ ਤੈਨੂੰ ਗੱਲ ਪੁੱਛੀ ਨਾ ਉਹਦਾ ਜਵਾਬ ਦੇ ਹੁਣ।
प्रदुमन कुमार जी चलो आइडल ने फर्क हुंदा ना आइडियल ते प्यो दे विच फर्क देखो विचार चर्चा वा पमजी जी मेनू लगता है अपना जवाब मिल चुका वा जो तुम कहता कि गुरदास मान शैन तेरा डैडी है उदो पता लग गया कि डैडी नहीं हो सकता हाँ अपा वड्डियां दा आदर सत्कार जरूर कर सकते हैं आदर सत्कार हुंदा मान सत्कार हर एक का होंदा पर इहदा मतलब यह नहीं हैगा कि आपां प्यो की जगह होर कोई नहीं लै सकता यह गल तो हैगी प्यो की जगह हाँ उन्होंने करो कि उन्होंने भेज दो वो वीर दे विचार तुहाड़े नाल नहीं मिलते तो उन्होंने भेज दो अपना मैसेज लैके जा चुका वा कदी चाचा ताया कदी प्यो की जगह नहीं लै सकता यह तो विचार सी ये वीर दे पर वो अपनी गल तो आप ही फस गया विचार देने आया सी पर विचार शायद दसण तो पहले ही असमर्थ हो चुका सी शायद आपको अपनी सोच होंगी अं सोच कि सोचते हैं एक पास तो कहता कि गुरदास मान शायद मेरा प्यो वा पर शायद तक सीमित रह गया मेरा प्यो कहने तो बाद भी लगा कि मैं कहते गलत बोल गया वा